ਕਿਤਾਬ ਹੈ ਤੁਹਾਡੇ ਕੋਲ ਇਹਦਾ ਵੀ ਰੈਫਰੈਂਸ ਜਿਹੜੀ ਆਹ ਕਿਤਾਬ ਹੈ ਜੀ ਇਹ ਡਾਕਟਰ ਹਿਊ ਜੌਨਸਟਨ ਬੜੇ ਬਿਹਤਰੀਨ ਇੱਕ ਲਿਖਾਰੀ ਹੋਏ ਨੇ ਇਹ ਕਿਤਾਬ ਅੰਗਰੇਜ਼ੀ 'ਚ ਹੈ ਇਸ ਦੇ ਵਿੱਚ ਸਿੱਖਾਂ ਦੇ ਸਟਰਗਲ ਦੀ ਜਿਹੜੀ ਕਹਾਣੀ ਹੈ ਰੇਸ ਦੀ ਨਸਲ ਦੀ ਉਹ ਬਿਆਨ ਕੀਤੀ ਹੈ ਮੈਂ ਕਹਿੰਦਾ ਸਾਰਿਆਂ ਨੂੰ ਇਹ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਬਿਲਕੁਲ ਮੇਰੀ ਕਹਿਣ ਤੋਂ ਮੁਰਾਦ ਇਹ ਸੀ ਕਿ ਇਹ ਇੱਕ ਚੰਗਾ ਸ਼ਲਾਘਾਯੋਗ ਤਾਂ ਕੰਮ ਕੀਤਾ ਹੀ ਹੈ ਪਰ ਜਿੱਥੇ ਮੈਨੂੰ ਮਹਿਸੂਸ ਹੁੰਦਾ ਉਹ ਗੱਲ ਇਹ ਹੈ ਕਿ ਕਿਤੇ ਨਾ ਕਿਤੇ ਅਜੇ ਵੀ ਸਾਡੇ ਅੰਦਰ ਨਾ ਹੀਣ ਭਾਵਨਾ ਹੈ ਜਾਂ ਜਿਹੜਾ ਸਿਸਟਮੈਟਿਕ ਢੰਗ ਨਾਲ ਸੱਚ ਨੂੰ ਬਿਆਨ ਨਾ ਕਰਨ ਦੀ ਸੋਚ ਹੈ ਦੇਖੋ ਤੁਸੀਂ ਪੜ੍ਹੋ ਜੇਕਰ ਕੋਈ ਗੈਰ ਪੰਜਾਬੀ ਇਸ ਨੂੰ ਪੜ੍ਹੇਗਾ ਉੱਪਰ ਕਾਮਾ ਗਾਟਾ ਮਾਰੂ ਇੰਗਲਿਸ਼ ਲਿਖਿਆ ਪੜ੍ਹੇਗਾ ਜੀ ਅਤੇ ਜਿਹੜਾ ਥੱਲੇ ਪੰਜਾਬੀ 'ਚ ਜਾਂ ਹੋਰ ਕਿਸੇ ਭਾਸ਼ਾ 'ਚ ਉਹ ਦੇਖੇਗਾ ਉਹਦੇ ਮਨ 'ਚ ਕੀ ਖਿਆਲ ਜਾਏਗਾ ਕਿ ਇਹਦੀ ਇੰਗਲਿਸ਼ ਦੀ ਟਰਾਂਸਲੇਸ਼ਨ ਉਹ ਕਮਿਊਨਿਟੀ ਦੀ ਉਸ ਭਾਸ਼ਾ ਦੇ ਵਿੱਚ ਹੋਈ ਹੋਵੇਗੀ ਕੀ ਕਾਮਾ ਗਾਟਾ ਮਾਰੂ ਦੀ ਟਰਾਂਸਲੇਸ਼ਨ ਗੁਰੂ ਨਾਨਕ ਹੈ ਨਹੀਂ ਕਾਮਾ ਗਾਟਾ ਮਾਰੂ ਜਹਾਜ਼ ਦਾ ਨਾਂ ਗੁਰੂ ਨਾਨਕ ਸਾਡੇ ਮੁਰਸ਼ਦ ਨੇ ਇਹ ਨਹੀਂ ਕੀ ਪੈਲੇਸ ਦੀ ਜਿਹੜੀ ਟਰਾਂਸਲੇਸ਼ਨ ਜਹਾਜ਼ ਹੈ ਨਹੀਂ ਅਸਲ 'ਚ ਤੁਹਾਡਾ ਮੰਨਣਾ ਕਿ ਜਾਂ ਤਾਂ ਦੋਵੇਂ ਇੰਗਲਿਸ਼ 'ਚ ਲਿਖੇ ਹੁੰਦੇ ਜਾਂ ਦੋਵੇਂ ਚੀਜ਼ਾਂ ਪੰਜਾਬੀ 'ਚ ਲਿਖੀਆਂ ਹੁੰਦੀਆਂ ਤਾਂ ਕਿ ਉਹ ਸਪਸ਼ਟ ਹੋ ਜਾਂਦਾ ਕਿ ਉਹਦਾ ਮਤਲਬ ਹੋ ਜਾਂਦਾ ਇਹ ਕਿਉਂ ਕੀਤਾ ਗਿਆ ਇਹ ਇੱਕ ਵੱਡਾ ਸਵਾਲ ਹੈ ਮੈਂ ਇਹਨੂੰ ਸਮਝਦਾ ਕਿ ਇਹਦੇ 'ਚ ਕਿਤੇ ਨਾ ਕਿਤੇ ਉਹ ਭਾਵਨਾ ਜ਼ਰੂਰ ਹੈ ਕਿ ਦੋਨੇ ਧਿਰਾਂ ਨੂੰ ਖੁਸ਼ ਰੱਖੋ ਸਹਿੰਦੀ ਸਹਿੰਦੀ ਜੀ ਗੱਲ ਕਰਦੇ ਹੋ ਸਾਡੇ ਵਾਲੇ ਬੰਦੇ ਇਸ ਕਰਕੇ ਥੋੜ੍ਹਾ ਜਿਹਾ ਕਿ ਗੁਰਮੁਖੀ ਲਿਖੀ ਹੈ ਸੁਭਾਵਕ ਹੀ ਹੈ ਮੈਂ ਵੀ ਖੁਸ਼ ਹਾਂ ਜਿਹੜੀ ਜਿਹੜੀ ਜਸਟ